ਕਿ ਜਿਸ ਗੱਲ ਦੇ ਲਈ ਦੋ ਜਾਂ ਤਿੰਨ ਗਵਾਹ ਹੋ ਜਾਣ ਉਹ ਗੱਲ ਪੱਕੀ ਹੋ ਜਾਂਦੀ। ਨਵੀਂ ਧਰਤੀ ਤੇ ਨਵੇਂ ਆਕਾਸ਼ ਦੇ ਗਵਾਹ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ। ਔਰ ਇਹਦਾ ਪਹਿਲਾ ਭਾਗ ਜਿਹੜਾ ਹੈ ਉਹ ਸਵੇਰੇ ਅਲਾਈਵ ਹੋ ਚੁੱਕਿਆ ਹੈ, ਔਰ ਇਹ ਉਸਦਾ ਦੂਸਰਾ ਭਾਗ ਹੈ ਜਿਸ ਨੂੰ ਅਸੀਂ ਅੱਜ ਸ਼ਾਮ ਦੇ ਵਕਤ ਸ਼ੁਰੂ ਕਰਨ ਵਾਲੇ ਹਾਂ। ਆਓ ਅਸੀਂ ਪਹਿਲੇ ਗਵਾਹ ਨੂੰ ਖੁਦਾ ਦੀ ਹਜ਼ੂਰੀ ਵਿੱਚੋਂ ਪੜ੍ਹੀਏ। ਪਹਿਲਾ ਗਵਾਹ ਜਿਹੜਾ ਨਵੀਂ ਧਰਤੀ ਅਤੇ ਨਵੇਂ ਆਕਾਸ਼ ਦਾ ਗਵਾਹ ਹੈ ਅਸੀਂ ਉਸ ਨੂੰ ਪੜਾਂਗੇ। ਯਸ਼ਾਇਆ 65 ਬਾਬ ਦੀ 17-18 ਇਹ ਦੋ ਆਇਤਾਂ ਨੇ, ਜੇ ਤੁਸੀਂ ਪੜ੍ਹਨਾ ਚਾਹੋ ਤੇ ਪ੍ਰਭੂ ਤੁਹਾਨੂੰ ਢੇਰ ਸਾਰੀ ਬਰਕਤ ਦੇਵੇ। ਯਸ਼ਾਇਆ 65:17-18 ਅਸੀਂ ਇਸ ਨੂੰ ਵੇਖਾਂਗੇ ਕਿਉਂਕਿ ਇਹ ਪਹਿਲਾ ਗਵਾਹ ਹੈ ਜਿਹੜਾ ਧਰਤੀ ਦੇ ਉੱਤੇ ਯਸ਼ਾਇਆ ਨਾਮ ਨਾਲ ਜਾਣਿਆ ਜਾਂਦਾ ਹੈ। ਔਰ ਇਹਦੇ ਬਾਰੇ ਅਸੀਂ ਸੁਣਦੇ ਹਾਂ ਵਚਨ ਦੇ ਅੰਦਰੋਂ ਪੜਾਂਗੇ, ਕੋਈ ਵੀ ਸੇਵਕ ਪੜ ਸਕਦਾ ਹੈ। ਵੇਖੋ ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ। ਲਿਖਤ ਕਹਿੰਦੀ ਹੈ ਵੇਖੋ ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਹੋਣਗੀਆਂ ਨਾ ਮਨ ਉੱਤੇ ਹੀ ਚੜਨਗੀਆਂ ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ ਉਸ ਤੋਂ ਤੁਸੀਂ ਜੁਗੋ ਜੁਗ ਖੁਸ਼ੀ ਮਨਾਓ ਪੜਾਂਗੇ ਅਤੇ ਬਾਗ ਬਾਗ ਅਤੇ ਬਾਗ ਬਾਗ ਉਹ ਖੁਦਾ ਬਹੁਤ ਵੱਡੀ ਬਰਕਤ ਦੇਵੇ। ਬੜੇ ਆਦਰ ਦੇ ਨਾਲ ਅਸੀਂ ਬੈਠਾਂਗੇ ਔਰ ਅੱਜ ਦੇ ਇਸ ਸੰਦੇਸ਼ ਨੂੰ ਲਵਾਂ। ਪ੍ਰਭੂ ਤੁਹਾਨੂੰ ਢੇਰ ਸਾਰੀ ਬਰਕਤ ਦੇਵੇ। ਅਜੀਜੋ ਪਾਸਰ ਜੋਨਸ ਮਸੀਹ ਚਮਿਆਰੀ ਜਿਨ੍ਹਾਂ ਦੀ ਅਗਵਾਈ ਹੇਠ ਅੱਜ ਦੀ ਸੰਗਤ ਹੋਈ ਹੈ, ਉਹਨਾਂ ਦੀ ਕਲੀਸਿਆ ਦੇ ਐਲਡਰ ਭਾਈਆਂ ਲਈ, ਪ੍ਰਬੰਧਕ ਭਾਈਆਂ ਲਈ, ਸਾਰੇ ਜਿਨ੍ਹਾਂ ਨੇ ਵੀ ਇੰਤਜ਼ਾਮ ਕੀਤਾ ਹੈ, ਮੈਂ ਉਹਨਾਂ ਦੇ ਲਈ ਬੜਾ ਸ਼ੁਕਰਗੁਜ਼ਾਰ ਹਾਂ। ਔਰ ਮੈਂ ਪਾਸ ਸਹਿਬਾਨਾਂ ਦੇ ਲਈ ਪ੍ਰਭੂ ਦਾ ਬੜਾ ਧੰਨਵਾਦੀ ਹਾਂ ਕਿ ਉਹ ਅੱਜ ਸ਼ਾਮ ਦੇ ਵਕਤ ਨਾਲੇ ਆ ਪਾਏ ਨੇ ਔਰ ਨਾਲੇ ਉਹਨਾਂ ਨੇ ਆਪਣੀਆਂ ਕਲੀਸਿਆ ਦੇ ਪਾਈਆਂ ਪੈਣਾਂ ਨੂੰ ਵੀ ਆਂਦਾ ਹੈ। ਇਹ ਵੱਡਾ ਉਪਰਾਲਾ ਹੈ ਹਨੇਰੇ ਵਿੱਚ ਆ ਪਾਉਣਾ ਔਰ ਆਪਣੇ ਭਰਾਵਾਂ ਭੈਣਾਂ ਨੂੰ ਲੈ ਕੇ ਆਉਣਾ ਔਰ ਫਿਰ ਉਹਨਾਂ ਨੂੰ ਨਾਲ ਲੈ ਕੇ ਜਾਣਾ। ਖੁਦਾ ਤੁਹਾਡੀ ਇਹਨਾਂ ਗੱਲਾਂ ਵਿੱਚ ਬਹੁਤ ਵੱਡੀ ਮਦਦ ਕਰੇ। ਤੀਸਰਾ ਨੰਬਰ ਹੈ ਜਿਸ ਘਰ ਦੇ ਛੱਤ ਉੱਤੇ ਅਸੀਂ ਬੈਠੇ ਹੋਏ ਹਾਂ, ਹੱਥ ਉਠਾ ਕੇ ਕਹਾਂਗੇ ਜਿਸ ਘਰ ਦੀ ਛੱਤ ਤੇ ਅਸੀਂ ਬੈਠੇ ਹੋਏ ਹਾਂ, ਪ੍ਰਭੂ ਇਸ ਘਰ ਨੂੰ ਢੇਰ ਸਾਰੀ ਬਰਕਤ ਔਰ ਆਸ਼ੀਸ਼ ਦੇਵੇ।
ਆਓ ਅਸੀਂ ਅੱਜ ਜਸਾਇਆ ਨੂੰ ਜੋ ਨਵੀਂ ਧਰਤੀ ਅਤੇ ਨਵੇਂ ਆਕਾਸ਼ ਦਾ ਪਹਿਲਾ ਗਵਾਹ ਹੈ ਅਸੀਂ ਇਸ ਨੂੰ ਪੜ੍ਹਦੇ ਹਾਂ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ ਜਿਸ ਤਰ੍ਹਾਂ ਬਾਈਬਲ ਦੇ ਅੰਦਰ 66 ਕਿਤਾਬਾਂ ਨੇ ਹੱਥ ਉਠਾ ਕੇ ਆਖਾਂਗੇ ਜਸਾਇਆ ਦੀ ਕਿਤਾਬ ਦੇ ਅੰਦਰ 66 ਅਧਿਆਏ ਨੇ ਔਰ ਇਹ ਕਿੰਨਾ ਮੇਲ ਖਾਂਦਾ ਹੈ ਇਹਨਾਂ ਗੱਲਾਂ ਨੂੰ ਨਬੀ ਨੇ ਵੀ ਛੂਹਿਆ ਹੈ ਨਵੀਂ ਧਰਤੀ ਅਤੇ ਨਵੇਂ ਆਕਾਸ਼ ਨੂੰ ਔਰ ਅੱਜ ਅਸੀਂ ਤੁਹਾਡੇ ਸਾਹਮਣੇ ਇਸ ਨੂੰ ਲਿਆਉਣਾ ਚਾਹੁੰਦਾ ਹਾਂ। ਮੇਰੇ ਅਜੀਜ਼ ਕਿੰਨੇ ਵਿਸ਼ਵਾਸ ਕਰਦੇ ਨੇ ਕਿ ਇਸ ਧਰਤੀ ਦੇ ਜਿਹਦੇ ਉੱਤੇ ਅਸੀਂ ਰਹਿ ਰਹੇ ਹਾਂ ਆਖਰੀ ਦਿਨ ਨੇ ਇਸ ਧਰਤੀ ਦੇ ਕਿੰਨੇ ਵਿਸ਼ਵਾਸ ਕਰਦੇ ਨੇ ਭਈ ਇਸ ਧਰਤੀ ਦੇ ਆਖਰੀ ਦਿਨ ਨੇ। ਖੁਦਾਵੰਦ ਬਹੁਤ ਵੱਡੀ ਬਰਕਤ ਦੇ ਖੁਦਾ ਇਸ ਧਰਤੀ ਨੂੰ ਬਹੁਤ ਜ਼ਿਆਦਾ ਇਸ ਧਰਤੀ ਨੂੰ ਔਰ ਇਸ ਆਸਮਾਨ ਨੂੰ ਜਿਹਦੇ ਵਿੱਚ ਚੰਦ ਸੂਰਜ ਅਤੇ ਸਿਤਾਰੇ ਚਮਕਦੇ ਨੇ ਇਸ ਧਰਤੀ ਦੇ ਉੱਤੇ ਜਿੱਥੇ ਪਹਾੜ ਨਦੀਆਂ ਅਤੇ ਨਾਲੇ ਵਗਦੇ ਨੇ ਇਹ ਜ਼ਿਆਦਾ ਚਿਰ ਰਹਿਣ ਵਾਲੇ ਨਹੀਂ ਹਨ। ਖੁਦਾ ਇਹਨਾਂ ਨੂੰ ਬਦਲ ਦੇਣ ਦੇ ਲਈ ਜਾ ਰਹੇ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਜਦ ਤੁਸੀਂ ਜਸਾਇਆ ਦੇ ਮੂੰਹੋਂ ਇਹ ਗੱਲ ਸੁਣ ਰਹੇ ਹੋ ਕਿ ਇਹ ਦੇਖੋ ਮੈਂ ਨਵੀਂ ਧਰਤੀ ਅਤੇ ਨਵੇਂ ਆਕਾਸ਼ ਨੂੰ ਉਤਪੰਨ ਕਰਦਾ ਹਾਂ, ਜਸਾਇਆ ਕਹਿੰਦਾ ਹੈ ਜਾਂ ਯਹੋਵਾ ਕਹਿੰਦਾ ਹੈ? ਬੋਲੋ ਜਵਾਬ ਦਿਓ ਇਹਦਾ, ਵੀ ਇਹ ਜਸਾਇਆ ਕਹਿ ਰਿਹਾ ਜਾਂ ਖੁਦਾ ਕਹਿ ਰਿਹਾ? ਕਿਉਂ ਖੁਦਾ ਕਹਿ ਰਿਹਾ ਹੈ? ਮੂੰਹ ਕੀਦਾ ਹੈ? ਤਾਲੀਆਂ ਵਜਾ ਕੇ ਆਖਾਂਗੇ ਮੂੰਹ ਜਸਾਇਆ ਦਾ ਹੈ ਪਰ ਕਹਿਣ ਵਾਲਾ ਯਹੋਵਾ ਪਰਮੇਸ਼ਰ। ਇਸ ਕਰਕੇ ਮੇਰੇ ਅਜੀਜ਼ੋ ਨਬੀ ਜਿਹੜੇ ਇਸਰਾਇਲ ਵਿੱਚ ਆਉਂਦੇ ਨੇ ਹੋਰ ਕਿਤੇ ਨਬੀ ਨਹੀਂ ਆਉਂਦੇ, ਨਬੀ ਸਿਰਫ ਇਸਰਾਇਲ ਦੇ ਵਿੱਚ ਆਉਂਦੇ ਨੇ। ਜਾਂ ਫਿਰ ਇੱਕ ਨਬੀ ਆਇਆ ਹੈ ਤੇ ਉਹ ਪਰਾਈਆਂ ਜਾਤੀਆਂ ਦੀ ਕਲੀਸਿਆ ਵਿੱਚ ਆਇਆ ਹੈ ਜਿਸ ਨਬੀ ਦੇ ਦਿਨਾਂ ਵਿੱਚ ਮੈਂ ਔਰ ਤੁਸੀਂ ਰਹਿ ਰਹੇ ਹਾਂ। ਉਹਦੇ ਦਿਨਾਂ ਵਿੱਚ ਕਿਉਂ ਕਹਿ ਰਿਹਾ ਹਾਂ? ਕਿਉਂਕਿ ਉਹਦਾ ਮੈਸੇਜ ਇੱਥੇ ਪ੍ਰਚਾਰਿਆ ਜਾਂਦਾ ਹੈ, ਇਸ ਕਰਕੇ ਅਜੇ ਵੀ ਉਹਦੇ ਇਹ ਦਿਨ ਉੱਥੇ ਹੈਗੇ ਨੇ। ਪ੍ਰਭੂ ਢੇਰ ਸਾਰੀ ਬਰਕਤ ਦੇਵੇ। ਤੋ ਨਬੀ ਜਿਹੜੇ ਨੇ ਇਹ ਸਿਰਫ ਖੁਦਾ ਦੇ ਲਈ ਮੂੰਹ ਬਣ ਜਾਂਦੇ ਨੇ ਔਰ ਇਸਰਾਇਲ ਦੇ ਲਈ ਮੂੰਹ ਬਣ ਜਾਂਦੇ ਨੇ ਔਰ ਅਸੀਂ ਦੇਖਦੇ ਹਾਂ ਨਬੀ ਇਸਰਾਇਲੀ ਅੱਖਾਂ ਬਣ ਜਾਂਦੇ ਨੇ ਭਾਈ ਦੂਰ ਤੱਕ ਵੇਖ ਸਕਣ। ਕਿੱਥੋਂ ਤੱਕ? ਜੇ ਅਸੀਂ ਜਸਾਇਆ ਨੂੰ ਇੱਥੇ ਲੈ ਰਹੇ ਹਾਂ ਤੇ ਜਸਾਇਆ ਨੇ ਸਾਡੇ ਦਿਨਾਂ ਦੇ ਅੰਦਰ ਚਾਤੀ ਮਾਰ ਲਈ ਹੈ ਕਿ ਨਹੀਂ? ਉਹਨੇ ਮਾਰ ਲਈ ਹੈ ਚਾਤੀ। ਔਰ ਸਮਾਂ ਕਿੰਨਾ ਲੱਗਾ ਹੈ ਉਸਨੂੰ ਚਾਤੀ ਮਾਰਦਿਆਂ? 2700 ਸਾਲ, 2000 ਯੇਸੂ ਮਸੀਹ।
ਔਰ ਯਿਸੂ ਮਸੀਹ ਤੋਂ 750 ਸਾਲ ਪਹਿਲਾਂ ਹੱਥ ਉਠਾਓ, 2750 ਸਾਲ ਪਹਿਲਾਂ ਮੇਰੇ ਅਤੇ ਤੁਹਾਡੇ ਦਿਨਾਂ ਨੂੰ ਯਸਾਇਆ ਨੇ ਵੇਖਿਆ ਹੈ। ਔਰ ਹੁਣ ਅਸੀਂ ਵੇਖਦੇ ਹਾਂ ਕਿ ਇਹ ਧਰਤੀ ਜ਼ਿਆਦਾ ਚਿਰ ਰਹਿਣ ਵਾਲੀ ਨਹੀਂ ਹੈ। ਜਦੋਂ ਖੁਦਾ ਨੇ ਬੋਲ ਦਿੱਤਾ ਹੈ ਤੇ ਫਿਰ ਇਹ ਕੰਮ ਜ਼ਰੂਰ ਹੋਵੇਗਾ। ਮੈਂ ਇੱਕ ਬੇਨਤੀ ਕਰਦਾ, ਮੈਂ ਤੁਹਾਨੂੰ ਡਰਾਉਣ ਵਾਸਤੇ ਨਹੀਂ ਆਇਆ, ਪਰ ਮੈਂ ਤੁਹਾਡੇ ਸਾਹਮਣੇ ਇੱਕ ਪੈਗਾਮ, ਇੱਕ ਮੈਸੇਜ ਰੱਖਣ ਵਾਸਤੇ ਤੁਹਾਡੇ ਸਾਹਮਣੇ ਹਾਂ। ਤਾਂ ਜੇ ਯਸਾਇਆ ਨੇ ਗੱਲ ਆਖੀ ਹੈ ਕਿ ਨਵੀਂ ਧਰਤੀ ਅਤੇ ਨਵਾਂ ਆਕਾਸ਼ ਬਣ ਜਾਵੇਗਾ, ਖੁਦਾ ਕਹਿੰਦਾ ਮੈਂ ਨਵੀਂ ਧਰਤੀ ਅਤੇ ਨਵੇਂ ਆਕਾਸ਼ ਨੂੰ ਉਤਪੰਨ ਕਰਾਂਗਾ, ਤੇ ਫਿਰ ਇਸ ਧਰਤੀ ਦਾ ਕੀ ਹੋਵੇਗਾ ਜਿਹਦੇ ਉੱਤੇ ਮੇਰੇ ਅਤੇ ਤੁਹਾਡੇ ਘਰ ਨੇ, ਜਿਹਦੇ ਉੱਤੇ ਮੇਰਾ ਪਰਿਵਾਰ ਤੇ ਤੁਹਾਡੇ ਪਰਿਵਾਰ ਰਹਿ ਰਹੇ ਨੇ, ਜਿਹਦੇ ਉੱਤੇ ਸ਼ਹਿਰਾਂ ਦੇ ਸ਼ਹਿਰ ਵਸ ਰਹੇ ਨੇ। ਔਰ ਜਿਸ ਧਰਤੀ ਦੇ ਉੱਤੇ ਯਾਦ ਰੱਖੋ ਕਿੰਨੀਆਂ ਕੌਮਾਂ ਵਸ ਰਹੀਆਂ ਨੇ ਔਰ ਕਿੰਨੇ ਧਰਮ ਇੱਥੇ ਵਸ ਰਹੇ ਨੇ। ਔਰ ਯਾਦ ਰੱਖੋ ਕੀ ਬਣੇਗਾ, ਖੁਦਾ ਨੂੰ ਇਹਦੇ ਨਾਲ ਕੋਈ ਗੱਲ ਨਹੀਂ। ਉਹ ਆਪਣੇ ਕੰਮ ਨੂੰ ਕੀ ਕਰਦਾ ਹੈ, ਤਾਲੀਆਂ ਵਜਾ ਕੇ ਆਖਾਂਗੇ, ਉਹ ਆਪਣੇ ਕੰਮ ਨੂੰ ਪੂਰਾ ਕਰਦਾ ਹੈ। ਔਰ ਜਦ ਉਹ ਕੰਮ ਨੂੰ ਪੂਰਾ ਕਰਦਾ ਹੈ ਤੇ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ। ਖੁਦਾ ਨੇ ਕਦੇ ਕਿਸੇ ਦੀ ਸਲਾਹ ਨਹੀਂ ਲਈ, ਕਿਉਂਕਿ ਨਬੀ ਕਹਿੰਦਾ ਇਹ ਨਾ ਹੋਣਾ ਹੈ ਕਈ ਖੁਦਾ ਝੂਠ ਬੋਲ ਜਾਵੇ। ਮੈਂ ਸੰਦੇਸ਼ ਪੇਸ਼ ਕਰ ਰਿਹਾ ਸੀ ਲੰਗਰ ਜਾਨ ਦੇ ਲੰਗਰ ਦੇ ਉੱਤੇ, ਔਰ ਉਹਦੇ ਉੱਤੇ ਹੈਡਿੰਗ ਸੀ ਇਹ ਅਨਹੋਣੀ ਗੱਲ ਹੈ ਕਿ ਖੁਦਾ ਝੂਠ ਬੋਲ ਜਾਵੇ, ਇਹ ਹੋਈ ਨਹੀਂ ਸਕਦਾ। ਹਾਂ ਮਨੁੱਖ ਝੂਠ ਬੋਲ ਸਕਦੇ ਨੇ, ਮਨੁੱਖ ਝੂਠੇ ਹੋ ਸਕਦੇ ਨੇ, ਪਰ ਖੁਦਾ ਇਹ ਗੱਲ ਉਹਦੇ ਵਿੱਚ ਹੈ ਨਹੀਂ। ਔਰ ਜੇ ਉਹਦੇ ਵਿੱਚ ਇਹ ਗੱਲ ਹੈ ਨਹੀਂ ਤੇ ਫਿਰ ਮੈਂ ਦੱਸਣਾ ਚਾਹੁੰਦਾ ਹਾਂ ਮੇਰਾ ਕੁਛ ਨਹੀਂ ਹੈ, ਸਿਰਫ ਮੈਂ ਤੇ ਮਿੱਟੀ ਹਾਂ ਔਰ ਮੇਰਾ ਮੂੰਹ ਹੀ ਉਹ ਇਸਤੇਮਾਲ ਕਰੇਗਾ, ਪਰ ਇਹ ਸੰਦੇਸ਼ ਯਹੋਵਾ ਦਾ, ਇਹ ਸੰਦੇਸ਼ ਕਿਸੇ ਮਨੁੱਖ ਦਾ ਨਹੀਂ ਹੈ। ਇਸ ਕਰਕੇ ਆਓ ਯਸਾਇਆ ਨੂੰ ਪੁੱਛਦੇ ਹਾਂ, ਯਸਾਇਆ ਤੇਰੇ ਵਿੱਚੋਂ ਦੀ ਖੁਦਾ ਬੋਲਿਆ ਹੈ ਤੇ ਫਿਰ ਇਸ ਧਰਤੀ ਦਾ ਕੀ ਹੋਵੇਗਾ, ਇਹ ਪੁਰਾਣੀ ਧਰਤੀ ਜਿਹਦੇ ਉੱਤੇ ਅਸੀਂ ਰਹਿ ਰਹੇ ਹਾਂ, ਨਵੀਂ ਦਾ ਪੈਗਾਮ ਤੇ ਦੇ ਦਿੱਤਾ, ਪਰ ਇਸ ਪੁਰਾਣੀ ਦਾ ਕੀ ਬਣੇਗਾ। ਔਰ ਯਸਾਇਆ 24:18 ਨੂੰ ਪੜਾਂਗੇ, ਯਸਾਇਆ 24:18-19-20 ਤੱਕ ਜਾਵਾਂਗੇ ਕੀ ਹੋਣ ਲੱਗਾ ਹੈ ਇਸ ਧਰਤੀ ਨੂੰ ਜਿਹਦੇ ਉੱਤੇ ਮੈਂ ਔਰ ਤੁਸੀਂ ਰਹਿ ਰਹੇ ਹਾਂ। ਐਹੋ ਹੋਵੇਗਾ, ਹੁਣ ਅਸੀਂ ਵੇਖਦੇ ਹਾਂ ਖੁਦਾ ਹੀ ਕਹਿ ਰਿਹਾ ਹੈ ਮੂੰਹ ਯਸਾਇਆ ਦਾ, ਇਉਂ ਹੋਵੇਗਾ ਕਿ ਪੌਦੇ
ਕਿ ਭੌਂ ਦੇ ਰੌਲੇ ਤੋਂ ਭੱਜਿਆ ਹੋਇਆ ਭੋਰੇ ਵਿੱਚ ਡਿੱਗੇਗਾ, ਭੋਰੇ ਵਿੱਚ ਡਿੱਗੇਗਾ ਪੜਾਂਗੇ, ਅਤੇ ਭੋਰੇ ਵਿੱਚੋਂ ਤਾਂ ਆਇਆ ਹੋਇਆ, ਭੋਰੇ ਵਿੱਚੋਂ ਤਾਂ ਆਇਆ ਹੋਇਆ, ਫੰਦੇ ਵਿੱਚ ਫਸੇਗਾ, ਫੰਦੇ ਵਿੱਚ ਫਸੇਗਾ ਪੜਾਂਗੇ, ਕਿਉਂ ਜੋ ਉੱਪਰੋਂ ਖਿੜਕੀਆਂ ਖੁੱਲ ਗਈਆਂ, ਉੱਪਰੋਂ ਖਿੜਕੀਆਂ ਖੁੱਲ ਗਈਆਂ, ਅਤੇ ਧਰਤੀ ਦੀਆਂ ਨੀਆਂ ਹਿੱਲ ਗਈਆਂ, ਅਤੇ ਧਰਤੀ ਦੀਆਂ, ਮੈਂ ਤੁਹਾਡੇ ਕੋਲ ਸੁਣਨਾ ਚਾਹੁੰਦਾ ਸੀ, ਧਰਤੀ ਦੀਆਂ ਅਜੇ ਨੀ ਜਵਾਬ ਆਇਆ ਜਿੰਨਾ ਚਾਹੀਦਾ ਜਵਾਬ, ਧਰਤੀ ਦੀਆਂ ਨੀਆਂ ਹਿੱਲ ਗਈਆਂ, ਅਜੇ ਹਿੱਲੀਆਂ ਨਹੀਂ ਪਰ ਹੋਣ ਵਾਲੀਆਂ ਨੇ, ਹਿੱਲ ਜਾਣ ਵਾਲੀਆਂ ਨੇ, ਇਹਦੇ ਉੱਤੇ ਆਸ ਨਾ ਰੱਖੋ। ਯਿਸੂ ਮਸੀਹ ਨੇ ਕਿਹਾ ਜੇ ਤੁਸੀਂ ਇੱਥੋਂ ਦੇ ਹੁੰਦੇ, ਜੇ ਤੁਸੀਂ ਇਸ ਜਗਤ ਦੇ ਹੁੰਦੇ, ਤੇ ਇਹ ਜਗਤ ਤੁਹਾਨੂੰ ਕੀ ਕਰਦਾ, ਪਿਆਰ ਕਰਦਾ, ਪਰ ਤੁਸੀਂ ਇਸ ਜਗਤ ਦੇ ਨਹੀਂ ਹੋ। ਮੇਰੇ ਅਜੀਜੋ, ਪ੍ਰਭ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਤੋ ਅਸੀਂ ਵੇਖਦੇ ਹਾਂ ਪਹਿਲੀ ਆਇਤ ਹੈ ਭਉ ਭੋਰਾ ਤੇ ਫੰਦਾ, ਔਰ ਲਿਖਿਆ ਹੈ ਭਉ ਦੇ ਰੌਲੇ ਤੋਂ ਭੱਜਿਆ ਹੋਇਆ। ਰੌਲਾ ਪੈ ਰਿਹਾ ਸਾਰੀ ਦੁਨੀਆਂ ਤੇ, ਕਿ ਨਹੀਂ, ਸਾਰੀ ਧਰਤੀ ਦੇ ਉੱਤੇ ਰੌਲਾ ਪਿਆ। ਕਾਹਦਾ ਰੌਲਾ ਪਿਆ, ਹੱਥ ਲਾ ਕੇ ਆਖੋ, ਕੋਰੋਨਾ ਦਾ ਰੌਲਾ ਪਿਆ। ਸਾਰੀ ਧਰਤੀ ਨੇ ਕੋਰੋਨਾ ਦੇ ਰੌਲੇ ਨੂੰ ਸੁਣਿਆ, ਔਰ ਮੈਂ ਦੱਸਣਾ ਚਾਹੁੰਦਾ ਟੇਲਰ ਵਿਖਾ ਦਿੱਤਾ ਖੁਦਾ ਨੇ, ਵਿਖਾਇਆ ਟੇਲਰ ਕਿ ਨਹੀਂ, ਕਿੰਨੇ ਲੱਖ ਲੋਕ ਮਰੇ ਨੇ, ਮੇਰਾ ਖਿਆਲ 10-12 ਲੱਖ ਲੋਕ ਧਰਤੀ ਤੋਂ ਨਾਸ਼ ਹੋ ਚੁੱਕੇ ਨੇ। ਔਰ ਹੁਣ ਮੈਂ ਦੱਸਣਾ ਚਾਹੁੰਦਾ ਕਿ ਇਹ ਟੇਲਰ ਵਿਖਾਇਆ ਜਾ ਚੁੱਕਿਆ ਹੈ, ਹੁਣ ਧਰਤੀ ਦੀ ਬਰਬਾਦੀ ਹੋਣ ਵਾਲੀ ਹੈ, ਔਰ ਮੇਰਾ ਤੇ ਤੁਹਾਡਾ ਇਸ ਧਰਤੀ ਦੇ ਉੱਤੇ, ਇਸ ਦੁਨੀਆਂ ਦੇ ਉੱਤੇ ਰੱਦਾ ਵੀ ਭਰੋਸਾ ਹੋਣਾ ਨਹੀਂ ਚਾਹੀਦਾ। ਸਾਡਾ ਜੇ ਭਰੋਸਾ ਹੋਵੇ ਤੇ ਦੋਵੇਂ ਹੱਥ ਉਠਾ ਕੇ ਆਖੋ, ਖੁਦਾ ਦੇ ਜਿਉਂਦੇ ਵਚਨ ਦੇ ਉੱਤੇ ਹੋਵੇ, ਔਰ ਜੇ ਅਸੀਂ ਵਿਸ਼ਵਾਸ ਕਰ ਜਾਵਾਂਗੇ ਤੇ ਨਾਸ਼ ਨਹੀਂ ਹੋਵਾਂਗੇ ਬਲਕਿ ਬਚ ਜਾਵਾਂਗੇ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਸਾਡੇ ਪਾਸ ਜਾਰਜ ਥੋੜਾ ਜਿਹਾ ਅੱਗੇ ਪੜਨਗੇ, ਧਰਤੀ ਉੱਕਾ ਹੀ ਟੁੱਟ ਗਈ, ਕਿਉਂ ਧਰਤੀ ਉੱਕਾ ਹੀ ਟੁੱਟ ਗਈ, ਪੜਾਂਗੇ ਧਰਤੀ ਉੱਕਾ ਹੀ ਪਾਟ ਗਈ, ਧਰਤੀ ਉੱਕਾ ਹੀ ਪਾਟ ਗਈ, ਧਰਤੀ ਉੱਕਾ ਹੀ ਹਿਲਾਈ ਗਈ, ਧਰਤੀ ਉੱਕਾ ਹੀ ਹਿਲਾਈ ਗਈ, ਧਰਤੀ ਸ਼ਰਾਬੀ ਵਾਂਗੂ, ਧਰਤੀ ਸ਼ਰਾਬੀ ਵਾਂਗੂ ਡਗ ਮਗਾਉਂਦੀ ਹੈ, ਡਗ ਮਗਾਉਂਦੀ ਹੈ, ਪੜਾਂਗੇ ਉਹ ਛੱਪਰ ਵਾਂਗੂ, ਉਹ ਛੱਪਰ ਵਾਂਗੂ ਹੁਲਾਰੇ ਖਾਂਦੀ ਹੈ, ਉਹਦੇ ਅਪਰਾਧ ਦਾ ਭਾਰ, ਉਹਦੇ ਪਾਪ ਦਾ ਭਾਰ ਉਹਦੇ ਉੱਤੇ ਹੈ, ਪੜਾਂਗੇ ਉਹ ਡਿੱਗ ਪਈ, ਉਹ ਡਿੱਗ ਪਈ ਅਤੇ ਫੇਰ ਕਦੇ ਨਾ ਉੱਠੇਗੀ। ਅੱਜ ਜਿਹੜੇ ਲੋਕ ਦੁਨੀਆ, ਜਿਹੜੇ ਭੈਣਾਂ ਭਰਾ ਇਸ ਦੁਨੀਆਂ ਵਿੱਚ ਧਰਤੀ ਦੇ ਉੱਤੇ ਆਸ ਲਾਈ ਬੈਠੇ ਨੇ, ਮੈਂ ਕਹਿਣਾ ਚਾਹੁੰਦਾ ਹਾਂ
ਕਿ ਸਾਡੀ ਆਸ ਖੁਦਾਵੰਦ ਯੇਸ਼ੂ ਮਸੀਹ ਦੇ ਉੱਤੇ ਔਰ ਉਹਦੇ ਜਿਉਂਦੇ ਵਚਨ ਉੱਤੇ ਹੋਣੀ ਚਾਹੀਦੀ ਹੈ। ਕਿਉਂ ਮੈਂ ਉਹਦੇ ਵਚਨ ਦੇ ਉੱਤੇ ਕਹਿ ਰਿਹਾ ਹਾਂ, ਕਿਉਂ ਮੈਂ ਉਹਦੇ ਉੱਤੇ ਕਹਿ ਰਿਹਾ ਹਾਂ, ਔਰ ਜਰਾ ਮੱਤੀ 24:35 ਨੂੰ ਪੜ੍ਹੋ, ਸਾਡੀ ਆਸ ਕਿਉਂ ਖੁਦਾ ਦੇ ਜਿਉਂਦੇ ਵਚਨ ਉੱਤੇ ਹੋਣੀ ਚਾਹੀਦੀ ਆ। ਇੱਕ ਕਾਰਨ ਹੈ, ਪੜਾਂਗੇ ਮੱਤੀ 24:35। ਆਕਾਸ਼ ਅਤੇ ਧਰਤੀ ਟਲ ਜਾਣਗੇ, ਯੇਸ਼ੂ ਮਸੀਹ ਨੇ ਕਿਹਾ ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ, ਪਰ ਮੇਰੇ ਬਚਨ ਕਦੇ ਨਾ ਟਲਣਗੇ। ਖੁਦਾਵੰਦ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਇਹ ਜ਼ਮੀਨ ਤੇ ਆਸਮਾਨ ਨਾਲੋਂ ਮਹਿੰਗੇ ਖੁਦਾ ਦੇ ਜਿਉਂਦੇ ਵਚਨ ਨੇ ਜਿਹੜੇ ਤੁਹਾਡੇ ਸਾਹਮਣੇ ਰੱਖ ਦਿੱਤੇ ਗਏ ਨੇ, ਔਰ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਕਿਸੇ ਮਨੁੱਖ ਨਾਲ ਖਲੋਣ ਦਾ ਯਤਨ ਨਾ ਕਰੋ, ਕਿਉਂਕਿ ਅਸੀਂ ਵੇਖਦੇ ਹਾਂ ਸਾਰੀ ਧਰਤੀ ਦੇ ਉੱਤੇ ਲੋਕਾਂ ਨੇ ਕੀ ਕਰ ਲਿਆ, ਇੱਕ ਮਨੁੱਖ ਨੂੰ ਅੱਗੇ ਲਾ ਲਿਆ ਤੇ ਆਪ ਉਹਦੇ ਹੋ ਗਏ, ਆਪ ਉਹਦੇ ਪਿੱਛੇ ਚੱਲਣ ਲੱਗ ਪਏ, ਔਰ ਇੱਕ ਮਨੁੱਖ ਨੂੰ ਅੱਗੇ ਲਾ ਲਿਆ, ਜਿਹੜਾ ਅੱਗੇ ਲੱਗ ਗਿਆ ਉਹ ਕਹਿੰਦਾ ਬੱਲੇ ਮੇਰੀ ਤੇ ਬੜੀ ਸ਼ਾਨ ਬਣ ਗਈ, ਇੰਨੇ ਲੋਕ ਮੇਰੇ ਪਿੱਛੇ ਨੇ, ਅਸਾਂ ਇਹਦੇ ਵੱਲ ਨਹੀਂ ਵੇਖਣਾ, ਬਿਲਕੁਲ ਵੀ ਨਹੀਂ ਵੇਖਣਾ ਇਹਦੇ ਪਿੱਛੇ ਭਾਈ ਇੱਕ ਮਨੁੱਖ ਦੇ ਪਿੱਛੇ ਕਿੰਨੇ ਲੋਕ ਨੇ, ਇਹ ਨਹੀਂ ਵੇਖਣਾ। ਅਸਾਂ ਵੇਖਣਾ ਯੂਹੰਨਾ 8:31 ਨੂੰ, ਯੂਹੰਨਾ 8:31 ਨੂੰ, ਪਹਿਲਾਂ ਅਸੀਂ ਮੱਤੀ 24:35 ਨੂੰ ਵੇਖਿਆ ਹੈ, ਹੁਣ ਅਸੀਂ ਯੂਹੰਨਾ 8:31-32 ਨੂੰ ਵੇਖਣਾ ਹੈ। ਖੁਦਾ ਬਰਕਤ ਦੇਵੇ। ਪੜਾਂਗੇ ਯੇਸੂ ਨੇ ਉਹਨਾਂ ਯਹੂਦੀਆਂ ਨੂੰ ਜਿੰਨਾ ਉਹਦੀ ਪ੍ਰਤੀਤ ਕੀਤੀ ਸੀ ਆਖਿਆ, ਜੇ ਤੁਸੀਂ ਮੇਰੇ ਵਚਨ ਤੇ ਖਲੋਤੇ ਰਹੋ, ਜੇ ਤੁਸੀਂ ਮੇਰੇ ਵਚਨ ਤੇ ਖਲੋਤੇ ਰਹੋ ਠੀਕ ਤੁਸੀਂ ਮੇਰੇ ਚੇਲੇ ਹੋ, ਠੀਕ ਤੁਸੀਂ ਮੇਰੇ ਚੇਲੇ ਹੋ। ਅੱਜ ਚੇਲੇ ਤੇ ਬਹੁਤ ਨੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਪਰ ਯੇਸੂ ਲਈ ਕਿਹੜੇ ਚੇਲੇ ਨੇ, ਜਿਹੜੇ ਉਹਦੇ ਵਚਨ ਤੇ ਖਲੋਦੇ ਨੇ, ਜਿਹੜੇ ਉਹਦੇ ਵਚਨ ਦੇ ਨਾਲ ਚੱਲਦੇ ਨੇ, ਉਹੀ ਉਹਦੇ ਚੇਲੇ ਨੇ। ਪ੍ਰਭੂ ਤੁਹਾਨੂੰ ਢੇਰ ਸਾਰੀ ਬਰਕਤ ਦੇਵੇ। ਤੋ ਅਸੀਂ ਵੇਖਦੇ ਹਾਂ ਕਿ ਉਹਦਾ ਵਚਨ ਕਿੰਨਾ ਸ਼ਕਤੀਸ਼ਾਲੀ ਹੈ, ਜਿਹਦੇ ਨਾਲ ਮੈਂ ਤੇ ਤੁਸੀਂ ਖੜੇ ਹੋਣਾ ਹੈ, ਔਰ ਇਹ ਉਹਦਾ ਵਚਨ ਬਹੁਤ ਸ਼ਕਤੀਸ਼ਾਲੀ ਹੈ। ਉਹਨੇ ਆਪ ਦੱਸ ਦਿੱਤਾ ਮੱਤੀ 24:35 ਵਿੱਚ ਭਈ ਜ਼ਮੀਨ ਅਤੇ ਆਸਮਾਨ ਟਲ ਜਾਣਗੇ ਪਰ ਮੇਰੇ ਮੂੰਹ ਦੇ ਕਹੇ ਹੋਏ ਵਚਨ ਨਹੀਂ ਟਲਣਗੇ, ਨਹੀਂ ਟਲਣਗੇ। ਮੇਰੇ ਅਜ਼ੀਜ਼ੋ, ਜਿਹੜੇ ਇਸ ਵਚਨ ਦੇ ਉੱਤੇ ਖਲੋ ਜਾਂਦੇ ਨੇ ਉਹ ਵਚਨ ਨੂੰ ਕੀ ਸਮਝਦੇ ਨੇ। ਮੈਂ ਨਬੀ ਨੂੰ ਪੜ੍ਹ ਰਿਹਾ ਸੀ, ਨਬੀ ਕਹਿ ਰਿਹਾ ਇਹ ਵਚਨ ਸੋਨੇ ਦੀਆਂ ਡਲੀਆਂ ਨੇ। ਇਹ ਵਚਨ ਕੀ ਹੈ? ਸੋਨੇ ਦੀਆਂ ਡਲੀਆਂ ਨੇ। ਆਓ ਅਸੀਂ ਦਾਊਦ ਨੂੰ ਪੁੱਛਣ ਜਾਂਦੇ ਹਾਂ, ਕਿਉਂਕਿ ਉਹ ਖੁਦਾ ਨੂੰ ਬਹੁਤ ਪਿਆਰ ਕਰਦਾ ਹੈ, ਉਹਨੂੰ ਪੁੱਛਣ ਜਾਂਦੇ ਹਾਂ, ਔਰ ਉਹ
ਜ਼ਬੂਰ 172 ਆਇਤ ਵਿੱਚ ਕਹਿੰਦਾ ਹੈ, ਜੇ ਤੁਸੀਂ ਪੜ੍ਹਨਾ ਚਾਹੋ ਤੇ ਪੜ੍ਹ ਲਓ, ਨਹੀਂ ਤੇ ਮੈਂ ਤੁਹਾਨੂੰ ਮੂੰਹ ਚ ਬਾਣੀ ਦੱਸ ਦਵਾਂਗਾ। ਲਿਖਤ ਕਹਿੰਦੀ ਹੈ, ਤੇਰੀ ਬਵਿਸਤਾ ਹੇ ਯਹੋਵਾ, ਤੇਰੀ ਬਵਿਸਤਾ ਮੇਰੇ ਲਈ ਸੋਨੇ ਅਤੇ ਚਾਂਦੀ ਦੇ ਹਜ਼ਾਰਾਂ ਸਿੱਕਿਆਂ ਨਾਲੋਂ ਚੰਗੀ ਹੈ। ਕੀ ਚੰਗਾ ਹੈ? ਖੁਦਾ ਦਾ ਜਿਉਂਦਾ ਵਚਨ, ਜਿਹਦੇ ਨਾਲ ਅਸੀਂ ਖਲੋਣ ਲਈ ਜਾ ਰਹੇ ਹਾਂ। ਔਰ ਉੱਥੇ ਅਸੀਂ 32 ਆਇਤ ਛੱਡ ਆਏ ਹਾਂ, ਜੋ ਹੁਣ 8:31 ਪੜ੍ਹ ਦਿੱਤੀ ਆ, 32 ਆਇਤ ਰਹਿ ਗਈ ਆ। ਲਿਖਿਆ, ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ, ਆਜ਼ਾਦ ਕਰ ਦੇਵੇਗੀ। ਹਲੇਲੂਯਾ। ਤੋ ਅਸੀਂ ਜਸ਼ਾਇਆ ਨੂੰ ਉੱਥੇ ਛੱਡ ਆਏ ਹਾਂ। ਜਸ਼ਾਇਆ ਕਹਿ ਰਿਹਾ ਹੈ, ਧਰਤੀ ਛੱਪੜ ਵਾਂਗੂ ਕੀ ਖਾਂਦੀ ਹੈ? ਹਲਾਰੇ ਖਾਂਦੀ ਹੈ। ਔਰ ਜਦੋਂ ਧਰਤੀ ਦੇ ਉੱਤੇ ਹਲਾਰੇ ਆਉਂਦੇ ਨੇ ਤੇ ਕੀ ਹੁੰਦਾ? ਭਲਾ ਇਹੋ ਤੇ ਭਚਾਲ ਨੇ, ਇਹੋ ਹੀ ਭਚਾਲ ਨੇ। ਔਰ ਧਰਤੀ ਇਹਨਾਂ ਭਚਾਲਾਂ ਦੇ ਕਾਰਨ ਨਾਸ ਹੋਵੇਗੀ। ਔਰ ਫਿਰ ਕਿਸ ਤਰ੍ਹਾਂ ਨਾਸ ਹੋਵੇਗੀ? ਧਰਤੀ ਉੱਕਾ ਹੀ ਟੁੱਟ ਜਾਏਗੀ। ਕਾਦੇ ਨਾਲ? ਸਾਰਿਆਂ ਦੇਸ਼ਾਂ ਨੇ ਵੱਡੇ ਵੱਡੇ ਬੰਬ ਬਣਾਏ ਨੇ, ਭਲਾ ਉਹ ਕਿੱਥੇ ਚੱਲਣਗੇ? ਅਮਰੀਕਾ ਨੇ ਬੜੇ ਬਣਾਏ ਨੇ, ਰੂਸ ਕਹਿੰਦਾ ਮੈਂ ਵੱਧ ਬਣਾਏ ਨੇ, ਇੱਥੇ ਕੋਰੀਆ ਛੋਟਾ ਜਿਹਾ ਦੇਸ਼ ਉਹ ਕਹਿੰਦਾ ਮੈਂ ਵੱਧ ਬਣਾਏ ਨੇ। ਯਾਦ ਰੱਖੋ, ਸਾਡਾ ਮੁਲਕ ਘੱਟ ਹੈ, ਇਹ ਕਹਿੰਦਾ ਮੈਂ ਬਹੁਤ ਬਣਾਏ ਨੇ। ਤੇ ਕਾਹਦੇ ਲਈ ਬਣਾਏ ਨੇ? ਇਹ ਅੱਗ ਹੀ ਬਰਸਣੀ ਆ ਬਸ, ਇਹ ਕੀ ਬਰਸਣੀ ਆ? ਇਹ ਅੱਗ ਬਰਸਣੀ ਆ ਔਰ ਇਹ ਧਰਤੀ ਟੁੱਟ ਜਾਣੀ ਹੈ। ਔਰ ਲਿਖਿਆ ਕਿ ਧਰਤੀ ਉੱਕਾ ਹੀ ਟੁੱਟ ਗਈ, ਧਰਤੀ ਉੱਕਾ ਹੀ ਹਿਲਾਈ ਗਈ, ਧਰਤੀ ਸ਼ਰਾਬੀ ਵਾਂਗੂ ਡੱਗ ਮਗਾਉਂਦੀ ਹੈ ਅਤੇ ਛੱਪੜ ਵਾਂਗੂ ਕੀ ਖਾਂਦੀ ਹੈ? ਹਲਾਰੇ ਖਾਂਦੀ ਹੈ। ਜਸ਼ਾਇਆ ਨੇ ਸਾਡੇ ਦਿਨਾਂ ਤੱਕ ਦੱਸਿਆ ਹੈ। ਦੂਸਰੇ ਗਵਾਹ ਨੂੰ ਲੈ ਕੇ ਆਉਂਦੇ ਹਾਂ, ਦੂਸਰਾ ਗਵਾਹ ਵੀ ਹੈਗਾ, ਅਸੀਂ ਦੂਸਰੇ ਗਵਾਹ ਨੂੰ ਲੈ ਕੇ ਆਵਾਂਗੇ ਔਰ ਅਸੀਂ ਦੂਸਰਾ ਪਤਰਸ ਪੜਾਂਗੇ। ਇਹ ਦੂਸਰਾ ਗਵਾਹ ਹੈ ਇਸ ਸੰਦੇਸ਼ ਦਾ, ਇਹ ਦੂਸਰਾ ਗਵਾਹ ਹੈ। ਔਰ ਅਸੀਂ ਪੜਾਂਗੇ ਦੂਸਰਾ ਪਤਰਸ 3:10 ਆਇਤ ਪੜਾਂਗੀ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂ ਆਵੇਗਾ, ਪੜਾਂਗੇ, ਜਿਹਦੇ ਵਿੱਚ ਆਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ, ਅਤੇ ਮੂਲ ਵਸਤਾ ਵੱਡੇ ਤੌ ਨਾਲ, ਤਪ ਕੇ ਢਲ ਜਾਣਗੀਆਂ, ਅਤੇ ਧਰਤੀ ਉਹਨਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ। ਯਾਦ ਰੱਖੋ, ਆਕਾਸ਼ ਤਪ ਕੇ ਢਲ ਜਾਣਗੇ। ਹਾਲੇਲੂਯਾ। ਅਸੀਂ ਦੇਖਦੇ ਹਾਂ
ਬੜੇ ਲੋਕਾਂ ਬੜੇ ਸੈਟਰ ਲਾਈਟ ਉੱਪਰ ਛੱਡੇ ਹੋਏ ਨੇ, ਪਤਾ ਨੀ ਗਿਣਤੀ ਨਹੀਂ ਕੋਈ ਕਰ ਸਕਦਾ ਕਿੰਨੇ ਕ ਸੈਟਰ ਲਾਈਟ ਉੱਪਰ ਛੱਡੇ ਹੋਏ ਨੇ। ਪਰ ਥੱਲੇ ਇੱਕ ਮਜਾਇਲ ਕੀ ਕਹਿੰਦੀ ਹੈ, ਉਹ ਕਹਿੰਦੀ ਹੈ ਤਿੰਨਾਂ ਮਿੰਟਾਂ ਵਿੱਚ ਇੱਕ ਸੈਟਰ ਲਾਈਟ ਤੇ ਵੱਜਾਂਗੀ ਤੇ ਉਹਨੂੰ ਸਾੜ ਕੇ ਥੱਲੇ ਸੁੱਟ। ਇਸ ਤਰ੍ਹਾਂ ਹੋਣਾ ਹੈ, ਇਹਦੂ ਘੱਟ ਕੁਛ ਵੀ ਨਹੀਂ ਹੋਣਾ। ਔਰ ਇਹਨਾਂ ਗੱਲਾਂ ਨੂੰ ਅਸੀਂ ਡਰਨਾ ਨਹੀਂ ਗਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਨੂੰ ਨਿਸ਼ਚਾਵਾਨ ਭਾਈ ਭੈਣੋ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਲਈ ਅਫਸੀਆਂ ਪਹਿਲੇ ਬਾਪ ਦੀ 4 ਆਤ ਵਿੱਚ ਲਿਖਿਆ, ਉਸ ਨੇ ਸਾਡਾ ਨਾਂ ਧਰਤੀ ਦੀ ਹੈ। ਅਸੀਂ ਇਸ ਦੂਸਰੇ ਗਵਾਹ ਨੂੰ ਵੇਖਦੇ ਹਾਂ, ਉਹ ਕਹਿੰਦਾ ਹੈ ਦੂਸਰਾ ਪਾਤਰ 3:10 ਆਇਤ, ਫਿਰ ਦੁਬਾਰਾ ਪੜੋ, ਖੁਦਾ ਤੁਹਾਨੂੰ ਬਰਕਤ ਦੇਵੇ। ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂ ਆਵੇਗਾ। ਇਸ ਦਿਨ ਦੇ ਆਉਣ ਦਾ ਕੋਈ ਪਤਾ ਨਹੀਂ, ਜਿਸ ਤਰ੍ਹਾਂ ਰਾਤ ਨੂੰ ਚੋਰ ਆ ਜਾਂਦਾ ਹੈ ਇਸੇ ਤਰ੍ਹਾਂ ਇਹ ਦਿਨ ਆ ਜਾਵੇਗਾ। ਪੜਾਂਗੇ ਜਿਹਦੇ ਵਿੱਚ ਆਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਹਨਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ। ਹਾਂਜੀ, ਚਲ ਬਲ ਜਾਵੇਗੀ। ਖੁਦਾ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਤੇ ਸਾਡੇ ਦੁਨੀਆਂ ਦੇ ਉੱਤੇ ਬੜੇ ਬਰਫੀਲੇ ਦੇਸ਼ ਨੇ, ਔਰ ਜਿਨ੍ਹਾਂ ਵਿੱਚੋਂ ਇੱਕ ਸਭ ਤੋਂ ਬਹੁਤ ਹੀ ਵੱਡਾ ਬਰਫੀਲਾ ਦੇਸ਼ ਹੈ, ਔਰ ਇੱਥੇ ਦਿਨ ਵੀ ਚੜ ਜੇ ਤੇ ਕਿੰਨਾ ਚਿਰ ਹੀ ਰਹਿੰਦਾ ਹੈ, ਰਾਤ ਪੈ ਜੇ ਤੇ ਉਹ ਵੀ ਬੜੀ ਦੇਰ ਤੱਕ ਰਹਿੰਦੀ ਹੈ। ਔਰ ਇਸ ਦੇਸ਼ ਦੇ ਅੰਦਰ, ਔਰ ਇਸ ਸ਼ਾਇਦ ਕਿਹੜਾ ਦੇਸ਼ ਹੈ ਮੈਂ ਭੁੱਲ ਰਿਹਾ ਹਾਂ, ਇਹ ਬਿਲਕੁਲ ਉੱਪਰੇ ਮਤਲਬ ਧਰਤੀ ਦੇ ਪੋਲ ਦੇ ਉੱਪਰੇ ਹਿੱਸੇ ਦੇ ਉੱਤੇ ਹੈ। ਹਾਂਜੀ, ਨਾਰਵੇ। ਖੁਦਾ ਤੁਹਾਨੂੰ ਬਹੁਤ ਵੱਡੀ ਬਰਕਤ ਦੇ। ਬੁੱਢਾ ਹੋ ਗਿਆ, ਹਾਲੇਲੂਇਆ। ਚੇਤੇ ਭੁੱਲਣੇ ਸ਼ੁਰੂ ਹੋ ਗਏ। ਇਹ ਕਿਹੜਾ ਦੇਸ਼ ਹੈ? ਨਾਰਵੇ ਹੈ, ਔਰ ਨਾਰਵੇ ਸਭ ਤੋਂ ਬਰਫੀਲਾ ਦੇਸ਼ ਹੈ, ਔਰ ਇੱਥੇ ਬਰਫ ਕਦੇ ਮੁੱਕਦੀ ਨਹੀਂ ਗੀ। ਔਰ ਹੁੰਦੇ ਸਾਇੰਸਦਾਨਾਂ ਨੇ, ਉਹਨਾਂ ਨੂੰ ਪਤਾ ਵੀ ਪਾਤਰਸ ਦੀਆਂ ਗੱਲਾਂ ਸੱਚੀਆਂ ਨੇ, ਉਹਨਾਂ ਨੂੰ ਪਤਾ ਵੀ ਬਾਈਬਲ ਸੱਚੀ ਹੈ, ਉਹਨਾਂ ਨੂੰ ਇਹ ਪਤਾ ਲੱਗ ਗਿਆ ਭਾਈ ਜੋ ਕੁਝ ਬਾਈਬਲ ਨੇ ਕਿਹਾ ਇਹ ਪੂਰਾ ਹੋ ਕੇ ਰਹੇਗਾ। ਔਰ ਉਹਨਾਂ ਨੇ ਕੀ ਕਰ ਦਿੱਤਾ ਹੈ? ਉਹਨਾਂ ਨੇ ਇੱਕ ਬੜੀ ਵੱਡੀ ਸੁਰੰਗ ਉਸ ਬਰਫ ਦੇ ਅੰਦਰ ਖੋਦ ਦਿੱਤੀ ਹੈ, ਔਰ ਉੱਥੇ ਧਰਤੀ ਦੇ ਬੀਜ, ਜਾਣੀ ਕਿ ਜਿਹੜੇ ਬੀਜ ਅਸੀਂ ਖਾਂਦੇ ਹਾਂ, ਦਾਲ ਚੌਲ ਕਣਕ ਔਰ ਯੇ ਵੋ, ਇਹਨਾਂ ਦੇ ਬੀਜ ਲਗਾ ਦਿੱਤੇ ਨੇ, ਉਹ ਫਲਦਾਰ ਬਿਰਸਾਂ ਦੇ ਬੀਜ ਉਗਾ ਦਿੱਤੇ ਲਗਾ ਦਿੱਤੇ ਨੇ, ਔਰ ਬਾਕੀ ਰੁੱਖਾਂ ਦੇ ਬੀਜ ਲਗਾ ਦਿੱਤੇ ਨੇ। ਕਿਉਂ? ਧਰਤੀ ਆਪਣੀਆਂ ਕਾਰਾਗਰੀਆਂ ਸਣੇ ਜਲ ਬਾਲ ਜਾਵੇਗੀ ਤੇ ਨਾਲ ਕੀ ਸੜ ਜਾਣਗੇ?
ਬੀਜ ਸੜ ਜਾਣਗੇ। ਇਸ ਕਰਕੇ ਸਾਇੰਸ ਵਾਲੇ ਲੋਕਾਂ ਨੇ ਕੀ ਕਰ ਦਿੱਤਾ ਹੈ, ਉਹਨਾਂ ਨੇ ਬੀਜ ਦੀਆਂ ਪੋਟਲੀਆਂ ਬੰਨ ਬੰਨ ਕੇ ਤੇ ਉਹਨਾਂ ਨੇ ਕਿੱਥੇ ਰੱਖ ਦਿੱਤੀਆਂ ਨੇ, ਉਹਨਾਂ ਨੇ ਉਸ ਨਾਰਵੇ ਦੀ ਵੱਡੀ ਸੁਰੰਗ ਵਿੱਚ ਰੱਖ ਦਿੱਤੀਆਂ ਨੇ। ਔਰ ਵੱਡੀ ਸੁਰੰਗ ਦੇ ਅੰਦਰ ਰੱਖ ਕੇ ਉਹਦੇ ਸਾਹਮਣੇ ਇੱਕ ਵੱਡਾ ਬੋਰਡ ਲਾਇਆ ਹੋਇਆ, ਨੋ ਐਂਟਰੀ, ਇੱਧਰ ਆਉਣਾ ਮਨਾ ਹੈ। ਕਦੋਂ ਤੱਕ? ਜਦ ਤੱਕ ਹਜ਼ਾਰ ਸਾਲਾ ਰਾਜ ਸ਼ੁਰੂ ਨਹੀਂ ਹੋ ਜਾਂਦਾ। ਹਜ਼ਾਰ ਸਾਲੇ ਰਾਜ ਵਿੱਚ ਇਹ ਉੱਥੇ ਬਰਫ ਵਿੱਚੋਂ ਬੀਜ ਕੱਢੇ ਜਾਣਗੇ ਔਰ ਧਰਤੀ ਦੇ ਉੱਤੇ ਖਿਲਾਰੇ ਜਾਣਗੇ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਤੁਸੀਂ ਵੇਖਦੇ ਹਾਂ ਅਸੀਂ ਸਾਇੰਸਦਾਨਾਂ ਦੇ ਨਾਲ ਇੰਨੇ ਸਹਿਮਤ ਨਹੀਂ ਹਾਂ, ਅਸੀਂ ਸਹਿਮਤ ਹਾਂ ਖੁਦਾ ਦੇ ਜਿਉਂਦੇ ਵਚਨ ਦੇ ਨਾਲ। ਹਾਲੇਲੂਇਆ। ਪਰ ਫਿਰ ਵੀ ਮੈਂ ਦੱਸਣਾ ਚਾਹੁੰਦਾ, ਸਾਡੇ ਅਜੀਜ਼ ਪਾਸਟਰ ਸਿੱਖ ਡੇਵਨ ਨੇ ਇਹ ਦੱਸਿਆ ਸੀ ਵੀ ਇਹ ਕਿਸ ਤਰ੍ਹਾਂ ਨਾਰਵੇ ਵਿੱਚ ਸਭ ਬੀਜ ਲਗਾ ਦਿੱਤੇ ਗਏ ਨੇ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਥੋੜਾ ਜਿਹਾ ਅੱਗੇ ਪੜੋ, ਹਾਂਜੀ ਥੋੜਾ ਜਿਹਾ ਅੱਗੇ ਪੜੋ। ਜਦੋਂ ਇਹ ਸਭੇ ਵਸਤਾਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪ੍ਰਕਾਰ ਦੇ ਪਵਿੱਤਰ ਚੱਲਣ ਅਤੇ ਭਗਤੀ ਵਿੱਚ ਕਿਹੋ ਜਿਹੇ ਹੋਣਾ ਚਾਹੀਦਾ, ਕਿਹੋ ਜਿਹੇ ਹੋਣਾ ਚਾਹੀਦਾ। ਮੈਂ ਕਹਿੰਦਾ ਸਾਰੀ ਰਾਤ ਦੁਆ ਕਰੋ, ਰਾਤਾਂ ਮੇਥ ਲਓ ਔਰ ਇੱਕ ਰਾਤ ਦੁਆ ਕਰੋ ਔਰ ਸਾਰੀ ਰਾਤ ਦੁਆ ਕਰੋ। ਮੈਂ ਦੱਸਣਾ ਚਾਹੁੰਦਾ ਕਿ ਅਸੀਂ ਇਸ ਤਰ੍ਹਾਂ ਕੀਤਾ, ਸਾਰੀ ਰਾਤ ਦੁਆ ਦੇ ਲਈ ਅਸਾਂ ਪਿਛਲੇ ਜਦੋਂ ਲੋਕਡਾਊਨ ਲੱਗ ਰਿਹਾ ਸੀ ਉਹਦੇ ਤੋਂ ਪਿੱਛੇ ਅਸੀਂ ਸਾਰੀ ਰਾਤ ਲਈ ਦੁਆ ਕਰਦੇ ਸੀ। ਭੈਣਾਂ ਅਤੇ ਭਰਾ ਛੋਟੇ ਬੱਚੇ ਵੀ ਨਾਲ ਹੁੰਦੇ ਸੀ। ਕਈ ਵਾਰੀ ਮੈਂ 2 ਵਜੇ ਪੁੱਛਦਾ ਸੀ ਛੋਟੇ ਬੱਚਿਆਂ ਨੂੰ, ਨੀਂਦ ਆਈ ਆ? ਉਹ ਕਹਿੰਦੇ ਨਹੀਂ, ਨੀਂਦ ਨਹੀਂ ਆਈ। ਭੈਣਾਂ ਨੂੰ ਪੁੱਛਦਾ ਸੀ, ਬੇਟਾ ਨੀਂਦ ਆਈ ਆ? ਨਹੀਂ। ਭਾਈਆਂ ਨੂੰ ਪੁੱਛਦਾ ਹੀ, ਨੀਂਦ ਆਈ ਆ? ਨਹੀਂ ਆਈ। ਕਿਉਂ ਨਹੀਂ ਆਈ? ਖੁਦਾ ਦਾ ਆਤਮਾ ਕੰਮ ਕਰਦਾ ਹੈ। ਜੇ ਤੁਸੀਂ ਪ੍ਰਾਰਥਨਾ ਵਾਲੇ ਹੋਵੋਗੇ ਤੇ ਨਹੀਂ ਤੇ ਫਿਰ ਭਾਈਓ ਤੁਹਾਡੀ ਮਰਜ਼ੀ ਆ ਭਾਈ, ਤੁਸੀਂ ਰਾਤ ਦੀਆਂ ਪ੍ਰਾਰਥਨਾ ਕਰ ਸਕਦੇ ਹੋ ਕਿ ਨਹੀਂ। ਇਸ ਕਰਕੇ ਯਿਸੂ ਮਸੀਹ ਸਾਰੀ ਰਾਤ ਦੁਆ ਕਰਦਾ ਸੀ ਕਿ ਨਹੀਂ ਕਰਦਾ ਸੀ? 2-3 ਜਣੇ ਕਹਿੰਦੇ ਕਰਦਾ ਸੀ, ਬਾਕੀ ਜਣ ਕੀ ਗੱਲ, ਉਹਨਾਂ ਬਾਈਬਲ ਨਹੀਂ ਪੜ੍ਹੀ। ਯਿਸੂ ਮਸੀਹ ਸਾਰੀ ਰਾਤ ਦੁਆ ਕਰਦਾ ਸੀ ਕਿ ਨਹੀਂ? ਮੈਂ ਤੁਹਾਡੇ ਹੱਥ ਵੇਖਣੇ ਚਾਹੁੰਦਾ, ਸਾਰੀ ਰਾਤ ਦੁਆ ਕਰਦਾ ਸੀ ਜਾਂ ਨਹੀਂ ਸੀ ਕਰਦਾ? ਤੇ ਫਿਰ ਤੁਸੀਂ ਉਹਦੇ ਮੰਨਣ ਵਾਲੇ ਹੋ, ਤੁਸੀਂ ਕਿਉਂ ਨਹੀਂ ਕਰਦੇ? ਡਰੋ ਨਾ। ਮੈਂ ਪਰਤਾ ਕੇ ਵੇਖਿਆ, ਲੋਕ ਸਵੇਰੇ ਕੰਮ ਤੇ ਵੀ ਜਾਂਦੇ ਸੀ, ਸਾਰੀ ਰਾਤ ਦੁਆ ਕਰਕੇ ਮੁੜ ਕੇ ਕੰਮਾਂ ਤੇ ਵੀ ਨਿਕਲ ਜਾਂਦੇ ਸੀਗੇ। ਇਸ ਕਰਕੇ ਸਾਨੂੰ ਦੁਆ ਦੀ ਬੜੀ ਜ਼ਰੂਰਤ ਹੈ।
ਕਿਉਂਕਿ ਪਾਤਰਸ ਕਹਿੰਦਾ ਜੇ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਜਲ ਬਲ ਜਾਣ ਵਾਲੀਆਂ ਹਨ ਤਾਂ ਫਿਰ ਤੁਹਾਨੂੰ ਪਵਿੱਤਰ ਚੱਲਣ ਅਤੇ ਭਗਤੀ ਵਿੱਚ ਕਿਹੋ ਜਿਹੇ ਹੋਣਾ ਚਾਹੀਦਾ ਹੈ। ਮਜ਼ਬੂਤ ਔਰ ਤਗੜੇ ਹੋਵੋ ਔਰ ਕਿਸੇ ਵੀ ਘਰ ਚ ਇਕੱਠੇ ਹੋ ਜਾਓ, ਕਿਸੇ ਚਰਚ ਚ ਇਕੱਠੇ ਹੋ ਜਾਓ, ਕਿਸੇ ਮਤਲਬ ਤੁਸੀਂ ਇਹ ਰਾਤ ਦੀ ਦੁਆ ਤੋਂ ਨਾ ਡਰੋ, ਇਹ ਬਰਕਤ ਵਾਲੀ ਹੋਵੇਗੀ ਤੁਹਾਡੇ ਲਈ, ਬਹੁਤ ਵੱਡੀ ਬਰਕਤ ਵਾਲੀ ਇਹ ਦੁਆ ਹੋਵੇਗੀ। ਆਓ ਅਸੀਂ ਪਾਤਰਸ ਨੂੰ ਹੋਰ ਅੱਗੇ ਜਾ ਕੇ ਪੁੱਛੀਏ, ਕਿਉਂਕਿ ਇਹ ਵੀ ਨਵੀਂ ਧਰਤੀ ਤੇ ਨਵੇਂ ਆਕਾਸ਼ ਦਾ ਕੀ ਆ ਗਵਾਹ ਹੈ, ਪੜਾਂਗੇ ਇਹ ਵੀ ਗਵਾਹ ਹੈ, ਦੂਸਰਾ ਗਵਾਹ ਹੈ। ਅਤੇ ਪਰਮੇਸ਼ਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਪਰਮੇਸ਼ਰ ਦੇ ਉਸ ਦਿਨ ਨੂੰ ਆਉਂਦੇ ਉਡੀਕਦੇ ਅਤੇ ਲੋਚਦੇ ਰਹੋ, ਲੋਚਦੇ ਰਹੋ ਜਿਹਦੇ ਕਾਰਨ ਆਕਾਸ਼ ਬਲ ਕੇ ਢਲ ਜਾਣਗੇ। ਹਾਂਜੀ ਪੜਾਂਗੇ। ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪਗੜ ਜਾਣਗੀਆਂ। ਪੜੋ ਅੱਗੇ। ਪਰ ਉਹਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਕੀ ਕਰਦੇ ਹਾਂ, ਉਡੀਕ ਕਰ ਰਹੇ ਹਾਂ। ਧਰਮ ਵਸਦਾ ਹੈ ਜਿਹਦੇ ਵਿੱਚ ਕੀ ਵਸਦਾ ਹੈ, ਧਰਮ ਵਸਦਾ ਕਿ ਇੱਕ ਧਰਮ ਵਸੇਗਾ ਉੱਥੇ ਕਦੇ ਵੀ ਨਹੀਂ ਹੋ ਸਕਦਾ, ਧਰਮ ਤੇ ਹੁਣ ਵਸਣ ਡਿਆ ਹੋਇਆ। ਧਰਮੀ ਨੇ ਖੁਦਾ ਉਹਨਾਂ ਨੂੰ ਕਿਰਪਾ ਦੇਵੇ, ਪਰ ਅਸੀਂ ਵੇਖਦੇ ਹਾਂ ਧਰਮ ਜਿਹੜਾ ਪਰਮੇਸ਼ਵਰ ਦਾ ਧਰਮ ਬਣਨਾ ਹੈ ਉਹ ਇੱਕ ਵੱਖਰੀ ਗੱਲ ਹੈ। ਮੇਰਾ ਜੀ ਕਰਦਾ ਉਹ ਵੀ ਇਸ ਖਜ਼ਾਨੇ ਵਿੱਚੋਂ ਤੁਹਾਨੂੰ ਐਤ ਕੱਢ ਕੇ ਦੱਸਾਂ ਭਈ ਅਸੀਂ ਧਰਮੀ ਕਿਵੇਂ ਬਣ ਜਾਵਾਂਗੇ। ਆਹ ਪੜਾਂਗੇ ਦੂਸਰਾ ਗ੍ਰੰਥੀਆਂ 5:19-20 ਦੋ ਆਇਤਾਂ ਨੂੰ ਅਸੀਂ ਪੜਾਂਗੇ, ਖੁਦਾ ਸਾਨੂੰ ਕਿਹੋ ਜਿਹੇ ਵੇਖਣਾ ਚਾਹੁੰਦਾ ਹੈ। ਪੜਾਂਗੇ ਦੂਸਰਾ ਗ੍ਰੰਥੀਆਂ 5:19-20, ਕਿਉਂਕਿ ਅੱਧਾ ਹਿੱਸਾ ਜਿਹੜਾ ਹੈ ਉਹ ਦੂਸਰਾ ਹਿੱਸਾ ਜਿਹੜਾ ਹੈ ਇਹ ਸਾਰੇ ਪੂਰੇ ਹੋ ਰਹੇ ਹਨ ਜੀ। ਅਰਥਾਤ ਪਰਮੇਸ਼ਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਹਨਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ। ਮੇਰੇ ਭਾਈ ਜਦੋਂ ਤੁਸਾਂ ਤੌਬਾ ਕੀਤੀ, ਮੇਰੀ ਭੈਣ ਜਦੋਂ ਤੁਸਾਂ ਤੌਬਾ ਕੀਤੀ, ਕੀ ਖੁਦਾ ਨੇ ਤੁਹਾਡੇ ਪਾਪਾਂ ਦਾ ਲੇਖਾ ਕੀਤਾ? ਜ਼ਰਾ ਵੀ ਨਹੀਂ ਕੀਤਾ। ਸਾਰੇ ਦੇ ਸਾਰੇ ਕੀ ਹੋ ਗਏ? ਮਾਫ ਹੋ ਗਏ। ਸਗੋਂ ਨੇ ਸਾਨੂੰ ਆਪਣੇ ਪੁੱਤਰ ਹੋਣ ਦਾ ਹੱਕ ਦੇ ਦਿੱਤਾ ਹੈ। ਖੁਦਾਵੰਦ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਤੇ ਅਸੀਂ ਵੇਖਦੇ ਹਾਂ ਉੱਥੇ ਲਿਖਤ ਕਹਿ ਰਹੀ ਆ ਅਰਥਾਤ ਪਰਮੇਸ਼ਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਹਨਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ। ਪੜਾਂਗੇ ਅਤੇ ਉਸਨੇ ਮੇਲ ਮਿਲਾਪ ਦਾ ਵਚਨ ਸਾਨੂੰ ਸੌਂਪ ਦਿੱਤਾ
ਅਸੀਂ ਮਸੀਹ ਦੇ ਏਲਚੀ ਹਾਂ। ਜਾਣੋ ਪਰਮੇਸ਼ਰ ਸਾਡੇ ਰਾਹੀਂ ਮਿਹਨਤ ਕਰਦਾ ਹੈ ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ ਜੀ। ਜੋ ਤੁਸੀਂ ਪਰਮੇਸ਼ਰ ਨਾਲ ਮੇਲ ਮਿਲਾਪ ਕਰ ਲੋ। ਹੁਣ ਅਸਲੀ ਆਇਤ ਦਾ ਹਿੱਸਾ ਅਗਲੇ ਬੰਨੇ ਹੈ ਜਿਹੜੀ ਪਾਸ ਜਾਰਜ ਪੜਨ ਲਈ ਜਾ ਰਹੇ ਨੇ ਪੜਾਂਗੇ। ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖਾਤਰ ਪਾਪ ਠਹਿਰਾਇਆ ਠਹਿਰਾ ਦਿੱਤਾ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਹਾਂਜੀ ਪਰਮੇਸ਼ਰ ਦਾ ਧਰਮ ਬਣੀਏ। ਹੱਥ ਲਾ ਦਿਓ, ਹੱਥ ਖੜੇ ਕਰ ਲੋ। ਅਸੀਂ ਉਹਦੇ ਵਿੱਚ ਹੋ ਕੇ ਪਰਮੇਸ਼ਰ ਦਾ ਕੀ ਬਣ ਜਾਈਏ? ਧਰਮ ਬਣ ਜਾਈਏ। ਬਣ ਜਾਈਏ ਨਹੀਂ, ਤੁਸੀਂ ਜਿਹੜੇ ਇੱਥੇ ਬੈਠੇ ਹੋ ਤੁਸੀਂ ਬਣ ਚੁੱਕੇ ਹੋ। ਇਸ ਕਰਕੇ ਤੁਹਾਡੇ ਕੋਲ ਇੱਕ ਦਲੇਰੀ ਹੈ। ਜਦੋਂ ਮੈਂ ਪਹਿਲੀਆਂ ਆਇਤਾਂ ਨੂੰ ਬਿਆਨ ਕਰਦਾ ਕੀਤਾ ਤੁਸੀਂ ਮਜੂਸ ਹੋ ਗਏ ਭਈ ਇਹ ਧਰਤੀ ਦਾ ਕੀ ਬਣੇਗਾ। ਇਹਦਾ ਜੋ ਕੁਝ ਮਰਜ਼ੀ ਬਣੇ ਸਾਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਸਾਡੇ ਕੋਲ ਖੁਦਾ ਦਾ ਜਿਉਂਦਾ ਵਚਨ ਹੈ। ਹਾਲੇਲੂਯਾ। ਸਾਡੇ ਕੋਲ ਕੋਈ ਆਸ ਹੈ, ਅਸੀਂ ਬੇਆਸੇ ਨਹੀਂ ਗੇ ਇਸ ਧਰਤੀ ਦੇ ਉੱਤੇ। ਸਾਡੇ ਕੋਲ ਇੱਕ ਆਸ ਹੈ। ਤੋ ਹੁਣ ਪਤਰਸ ਕਹਿ ਰਿਹਾ ਹੈ ਅਸੀਂ ਉਸ ਨਵੀਂ ਧਰਤੀ ਤੇ ਨਵੇਂ ਆਕਾਸ਼ ਦੀ ਉਡੀਕ ਵਿੱਚ ਹਾਂ ਜਿਨ੍ਹਾਂ ਵਿੱਚ ਕੀ ਵਸਦਾ ਹੈ? ਪਰਮੇਸ਼ਵਰ ਦਾ ਧਰਮ ਵਸਦਾ ਹੈ। ਹੁਣ ਤੁਸੀਂ ਜਾਣ ਚੁੱਕੇ ਜੇ ਭਈ ਅਸੀਂ ਉਹਦੀ ਕਿਰਪਾ ਦੇ ਨਾਲ ਧਰਮੀ ਬਣ ਚੁੱਕੇ ਹਾਂ ਕਿਉਂਕਿ ਜਿਹਦਾ ਪਾਪ ਦਾ ਜਾਣੋ ਨਹੀਂ ਸੀ ਉਹਨੂੰ ਸਾਡੇ ਲਈ ਪਾਪ ਠਹਿਰਾ ਦਿੱਤਾ ਔਰ ਉਹਦੇ ਲਹੂ ਦੇ ਨਾਲ ਅਸੀਂ ਧਰਮੀ ਬਣ ਗਏ ਹਾਂ ਔਰ ਇਸ ਧਰਤੀ ਦੇ ਉੱਤੇ ਅਸੀਂ ਧਰਮੀ ਅਕਵਾਉਂਦੇ। ਮੇਰੇ ਅਜੀਜੋ, ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਮੈਂ ਤੇ ਤੁਹਾਡੇ ਨਾਲ ਅਜੇ ਦੋ ਗਵਾਹ ਭੁਗਤਾਏ ਨੇ, ਜੇ ਤੁਸੀਂ ਚਾਹੋ ਤੇ ਤੀਸਰਾ ਭੁਗਤਾ ਦਿੰਦੇ ਹਾਂ। ਕਿੰਨੇ ਜਾਣੇ ਚਾਹੁੰਦੇ ਵੀ ਤੀਸਰਾ ਵੀ ਖੜਾ ਕਰੋ, ਨਵੀਂ ਧਰਤੀ ਅਤੇ ਨਵੇਂ ਆਕਾਸ਼ ਦਾ ਤੀਸਰਾ ਗਵਾਹ ਖੜਾ ਕਰੋ? ਆਓ ਫਿਰ ਅਸੀਂ ਪ੍ਰਕਾਸ਼ 21 ਵਿੱਚ ਚਲੇ ਜਾਵਾਂਗੇ। ਪ੍ਰਕਾਸ਼ 21 ਵਿੱਚ ਜਾਵਾਂਗੇ, ਇੱਥੇ ਤੀਸਰਾ ਗਵਾਹ ਹੈ ਜਾਂ ਹੁਣਾ ਬਪਤਿਸਮਾ ਦੇਣ ਵਾਲਾ ਔਰ ਇਹ ਵੀ ਨਵੇਂ ਧਰਤੀ ਅਤੇ ਨਵੇਂ ਆਕਾਸ਼ ਦਾ ਗਵਾਹ ਹੈ। ਮੈਂ ਗਵਾਹ ਕਿਉਂ ਪੇਸ਼ ਕੀਤੇ ਨੇ? ਕਿਉਂਕਿ ਕੱਲ ਨੂੰ ਕੋਈ ਨਾ ਕਿਉਂ ਪਤਾ ਨੀ ਕੀ ਕਹਿ ਗਿਆ ਹੈ। ਇਹ ਨਾ ਹੋਵੇ ਵੀ ਪਤਾ ਨੀ ਉਹ ਭਾਈ ਬਸ਼ੀਰ ਕੀ ਕਹਿ ਗਿਆ ਹੈ। ਇਸ ਕਰਕੇ ਰੁਕ ਰੁਕ ਕੇ ਹਵਾਲੇ ਦੇ ਕੇ ਤੁਹਾਨੂੰ ਸਾਬਤ ਕਰ ਰਿਹਾ ਹਾਂ ਭਈ ਨਵੀਂ ਧਰਤੀ ਤੇ ਨਵਾਂ ਆਕਾਸ਼ ਹੋਵੇਗਾ। ਪੜਾਂਗੇ ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ। ਆਮੀਨ। ਇਹਨਾਂ ਤੇ ਕਿਹਾ ਨਾ ਵੀ ਨਵੀਂ ਧਰਤੀ ਤੇ ਨਵਾਂ ਆਕਾਸ਼ ਉਤਪੰਨ ਕਰਦਾ ਹਾਂ, ਯਸਾਇਆ ਨੇ ਕਿਹਾ। ਔਰ ਜਿਰਮਿਆ
ਆਪਣਾ ਪਾਤਰ ਉਸਨੇ ਕਿਹਾ ਵੀ ਅਸੀਂ ਉਹਦੀ ਉਡੀਕ ਵਿੱਚ ਹਾਂ ਤੇ ਹੁਣ ਤਾਲੀਆਂ ਵਜਾਓ ਵੀ ਜੋ ਹੁਣਾਂ ਤੇ ਕਹਿੰਦਾ ਮੈਂ ਨਵੀਂ ਧਰਤੀ ਤੇ ਨਵਾਂ ਆਕਾਸ਼ ਇਹ ਜੋ ਹੁਣਾਂ ਨੇ ਵੇਖ ਲਿਆ ਹੈ ਤੇ ਸਮਝੋ ਅਜੀਜੋ ਪ੍ਰਭੂ ਤੁਹਾਨੂੰ ਉਸ ਨਵੀਂ ਧਰਤੀ ਅਤੇ ਨਵੇਂ ਆਕਾਸ਼ ਵਿੱਚ ਖੁਦਾ ਲੈ ਕੇ ਜਾਵੇਗਾ। ਆਓ ਪੜਾਂਗੇ ਥੋੜਾ ਜਿਹਾ ਅੱਗੇ ਅਸੀਂ ਇਸ ਆਇਤ ਨੂੰ। ਕਿਉਂ ਜੋ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਅਤੇ ਹੁਣ ਅਗਾਹ ਨੂੰ ਸਮੁੰਦਰ ਹੈ ਨਹੀਂ ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸਲਮ ਨੂੰ ਤਿਆਰ ਕੀਤੀ ਹੋਈ ਹਾਂਜੀ ਮਾਨੋ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੈ। ਖੁਦਾ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਇਹ ਨਵੀਂ ਧਰਤੀ ਵਿੱਚ ਸਮੁੰਦਰ ਨਹੀਂ ਹੋਵੇਗਾ ਤੇ ਮੈਂ ਦੋਵੇਂ ਹੱਥ ਉਠਾ ਕੇ ਕਹਿੰਦਾ ਫਿਰ ਨਵੇਂ ਆਕਾਸ਼ ਵਿੱਚ ਸੂਰਜ ਵੀ ਨਹੀਂ ਹੋਵੇਗਾ। ਸੂਰਜ ਕਿੱਥੋਂ ਲੈ ਕੇ ਆਈਏ ਨਵੇਂ ਆਕਾਸ਼ ਦੇ ਅੰਦਰ। ਆਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ 17:1-3 17:1-3 ਸੂਰਜ ਹੈਗਾ ਕਿ ਉਹ ਸਾਡਾ ਖੁਦਾਵੰਦ ਯੇਸ਼ੂ ਮਸੀਹ ਹੈ। ਇਸ ਸੂਰਜ ਦੀ ਜ਼ਰੂਰਤ ਨਹੀਂ ਹੋਵੇਗੀ। ਉਹਨਾਂ ਨੂੰ ਨਾਲ ਲੈ ਕੇ ਹਾਂਜੀ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਹਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ ਹਾਂਜੀ ਔਰ ਉਹਦਾ ਮੂੰਹ ਸੂਰਜ ਵਾਂਗੂ ਚਮਕਿਆ। ਸੱਚ ਹੈ। ਹਾਲੇਲੂਯਾ। ਕਿੰਨੇ ਜਾਣੇ ਵਿਸ਼ਵਾਸੀ ਇਸ ਨੂੰ ਸੱਚ ਮੰਨਦੇ ਨੇ? ਹਾਲੇਲੂਯਾ। ਅਜੇ ਮੈਂ ਦੂਜਾ ਹਵਾਲਾ ਸੂਰਜ ਵਰਗਾ ਤੁਹਾਡੇ ਸਾਹਮਣੇ ਪੇਸ਼ ਕਰਨਾ ਹੈ ਕਿਉਂਕਿ ਜਿੰਨਾ ਚਿਰ ਅਸੀਂ 2-3 ਹਵਾਲੇ ਪੇਸ਼ ਨਹੀਂ ਕਰਦੇ ਗੱਲ ਪੱਕੀ ਨਹੀਂ ਹੋ ਸਕਦੀ। ਜੇ ਮੱਤੀ ਨੇ ਕਿਹਾ ਹੈ ਵੀ ਉਹਦਾ ਚਿਹਰਾ ਸੂਰਜ ਵਰਗਾ ਚਮਕਿਆ ਤੇ ਉਹ ਫਿਰ ਪ੍ਰਕਾਸ਼ ਉਸ ਦਾ 10ਵਾਂ ਅਧਿਆਇ ਔਰ ਉਸ ਦੀਆਂ ਪਹਿਲੀਆਂ ਆਇਤਾਂ ਨੂੰ ਪੜੋ ਕਿ ਉਹਦਾ ਚਿਹਰਾ ਕਿਸ ਤਰ੍ਹਾਂ ਚਮਕੇਗਾ। ਸੂਰਜ ਵਾਂਗੂ ਚਮਕੇਗਾ। ਪੜਾਂਗੇ ਮੈਂ ਇੱਕ ਹੋਰ ਬਰੀ ਦੂਤ ਨੂੰ ਬੱਦਲ ਪੈਣੀ ਆਕਾਸ਼ ਤੋਂ ਉੱਤਰਦੇ ਵੇਖਿਆ ਅਤੇ ਉਸਦੇ ਸਿਰ ਉੱਤੇ ਮੇਘ ਤਨੁੱਖ ਸੀ। ਪੜਾਂਗੇ ਅਤੇ ਉਸਦਾ ਮੂੰਹ ਸੂਰਜ ਵਰਗਾ ਅਤੇ ਉਸਦੇ ਪੈਰ ਅਗਨ ਦੀਆਂ ਥੰਮਾਂ ਵਰਗੇ। ਉਹਦਾ ਮੂੰਹ ਸੂਰਜ ਵਰਗਾ। ਤਾਲੀਆਂ ਵਜਾਓਗੇ ਆਪਣੇ ਖੁਦਾ ਨੂੰ ਕਿਉਂਕਿ ਉਹ 17:1 ਵਿੱਚ ਵੀ ਸੂਰਜ ਵਰਗਾ ਉਹਦਾ ਚਿਹਰਾ ਹੈ ਤੇ ਪ੍ਰਕਾਸ਼ 10 ਦੇ ਅੰਦਰ ਵੀ ਉਹਦਾ ਸੂਰਜ ਵਰਗਾ ਚਿਹਰਾ ਹੈ। ਤੇ ਯਾਦ ਰੱਖੋ ਇਹੀ ਸਾਡਾ ਦੁਲਾ ਹੋਵੇਗਾ। ਤਾਲੀਆਂ ਵਜਾ ਕੇ ਆਖਾਂਗੇ ਇਸੇ ਦੁਲੇ ਦੇ ਅਸੀਂ ਦੁਲਾ ਔਰ ਨਵੀਂ ਧਰਤੀ ਅਤੇ ਨਵਾਂ ਆਕਾਸ਼ ਹੋਵੇਗਾ। ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਤੋ ਅਸੀਂ ਵੇਖਦੇ ਹਾਂ ਕਿ ਨਵੀਂ ਧਰਤੀ ਅਤੇ ਨਵਾਂ ਆਕਾਸ਼ ਹੋ ਜਾਏਗਾ ਨਾ? ਆਏਗਾ ਕਿ ਨਹੀਂ ਆਏਗਾ? ਨਵੀਂ ਧਰਤੀ ਨਵਾਂ ਆਕਾਸ਼ ਆਏਗਾ।
ਕਿਸਰਾ ਆਏਗਾ ਜਹੋਨਾ ਕਹਿੰਦਾ ਮੈਂ ਉਹਨੂੰ ਵੇਖ ਲਿਆ ਹੈ। ਪੜਾਂਗੇ ਫਿਰ ਪ੍ਰਕਾਸ਼ 21 ਦੀਆਂ ਪਹਿਲੀਆਂ ਦੋ ਆਇਤਾਂ, ਪ੍ਰਕਾਸ਼ 21 ਦੀਆਂ ਪਹਿਲੀਆਂ ਦੋ ਆਇਤਾਂ। ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਅਤੇ ਹੁਣ ਅਗਾਹ ਨੂੰ ਸਮੁੰਦਰ ਨਹੀਂ। ਪੜਾਂਗੇ ਪਵਿੱਤਰ ਨਗਰੀ ਹਾਂਜੀ ਨਵੀਂ ਯਰੂਸ਼ਲਮ ਨੂੰ ਹਾਂਜੀ ਇਹੋ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੈ। ਰਾਵਣ ਤੁਹਾਨੂੰ ਬਹੁਤ ਵੱਡੀ ਬਰਕਤ। ਲਾੜੀ ਕਿੱਧਰ ਜਾਏਗੀ, ਲਾੜਾ ਕਿੱਧਰੋਂ ਆਏਗਾ, ਇਹਨੂੰ ਦੱਸਣਾ ਤੇ ਬੜਾ ਜ਼ਰੂਰੀ ਆ ਨਾ। ਤੋ ਅਸੀਂ ਹੁਣ ਇੱਕ ਦੋ ਹਵਾਲੇ ਵੇਖ ਕੇ ਤੇ ਫਿਰ ਪ੍ਰਭੂ ਤੁਹਾਨੂੰ ਕਿਰਪਾ ਦੇਵੇ, ਫਿਰ ਕਦੇ ਇਕੱਠੇ ਹੋਵਾਂਗੇ ਤੇ ਫਿਰ ਖੁਦਾ ਸਾਨੂੰ ਬਰਕਤ ਦੇਵੇਗਾ। ਔਰ ਇਹਦੇ ਲਈ ਅਸੀਂ ਪ੍ਰਕਾਸ਼ 19 ਦੀ 7 ਨੂੰ ਪੜਾਂਗੇ, ਆਓ ਅਸੀਂ ਆਨੰਦ ਕਰੀਏ ਅਤੇ ਨਿਹਾਲ ਹੋਈਏ ਅਤੇ ਉਹਦੀ ਵਡਿਆਈ ਕਰੀਏ। ਪੜਾਂਗੇ ਲੇਲੇ ਦਾ ਵਿਆਹ ਜੋ ਆ ਗਿਆ ਹੈ। ਪੜਾਂਗੇ ਅਤੇ ਉਹਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ। ਰੱਬ ਬਹੁਤ ਵੱਡੀ ਕਿਰਪਾ ਦੇਵੇ। ਲਾੜੀ ਕਾਹਦੇ ਨਾਲ ਤਿਆਰ ਹੋਵੇਗੀ, ਕਾਹਦੇ ਨਾਲ ਤਿਆਰ ਹੋਵੇਗੀ? ਕਿਸੇ ਪਾਤਸ਼ਾਹ ਸਾਹਿਬਾਨ ਦੇ ਨਾਲ, ਮਤਲਬ ਨਾਲ ਉਹ ਲਾੜੀ ਤਿਆਰ ਹੋਵੇਗੀ? ਐਸ ਖੁਦਾ ਦੇ ਜਿਉਂਦੇ ਵਚਨ ਦੇ ਨਾਲ, ਹਾਲੇਲੂਯਾ। ਲਾੜੀ ਐਸ ਖੁਦਾ ਦੇ ਜਿਉਂਦੇ ਵਚਨ ਦੇ ਨਾਲ ਤਿਆਰ ਹੋਵੇਗੀ, ਹਾਲੇਲੂਯਾ। ਲਾੜਾ ਕੌਣ ਹੈ? ਲਾੜਾ ਵਚਨ ਹੈ, ਔਰ ਲਾੜੀ ਵੀ ਵਚਨ ਹੋਵੇਗੀ। ਇਸ ਕਰਕੇ ਨਵੀਂ ਧਰਤੀ ਅਤੇ ਨਵੇਂ ਆਕਾਸ਼ ਵਿੱਚ ਹੋਣਗੇ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਆਓ ਅਸੀਂ ਸਿਰਾਂ ਨੂੰ ਚੁਕਾਵਾਂਗੇ, ਕਿਉਂਕਿ ਨਵੀਂ ਧਰਤੀ ਅਤੇ ਨਵੇਂ ਆਕਾਸ਼ ਦੇ ਗਵਾਹ ਭਗਤਾਏ ਗਏ ਨੇ, ਔਰ ਇਹ ਤਿੰਨ ਗਵਾਹ ਨੇ ਜਿਹੜੇ ਨਵੀਂ ਧਰਤੀ ਅਤੇ ਨਵੇਂ ਆਕਾਸ਼ ਦੇ ਗਵਾਹ ਨੇ। ਔਰ ਯਾਦ ਰੱਖੋ, ਤੁਸੀਂ ਵੀ ਨਵੇਂ ਆਕਾਸ਼ ਵਿੱਚ ਜਾਣਾ ਹੈ, ਕਿਉਂਕਿ ਪਹਿਲਾ ਥੈਸਲੋਨੀਕੀਆਂ 4:16 ਦੇ ਅੰਦਰ ਲਿਖਿਆ ਹੈ, ਪ੍ਰਭੂ ਆਪ ਲਲਕਾਰ ਨਾਲ, ਮਹਾਦੂਤ ਦੀ ਆਵਾਜ਼ ਨਾਲ, ਪਰਮੇਸ਼ਰ ਦੀ ਤੁਰੀ ਨਾਲ ਸਵਰਗ ਤੋਂ ਉਤਰੇਗਾ, ਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉੱਠਣਗੇ। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ, ਅਸੀਂ ਪ੍ਰਭੂ ਦੇ ਮਿਲ ਨੂੰ ਅਚਾਨਕ ਬਦਲਾਂ ਉੱਤੇ ਉਠਾਏ ਜਾਵਾਂਗੇ, ਅਤੇ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ। ਥੱਲੇ ਪੌਲਸ ਲੈਣ ਖਿੱਚ ਕੇ ਕਹਿੰਦਾ ਹੈ, ਇਹਨਾਂ ਗੱਲਾਂ ਨਾਲ ਇੱਕ ਦੂਜੇ ਨੂੰ ਕੀ ਦਿਆ ਕਰੋ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਅੱਖਾਂ ਨੂੰ ਬੰਦ ਕਰਾਂਗੇ, ਸਭ ਅੱਖਾਂ ਨੂੰ ਬੰਦ ਕਰਾਂਗੇ, ਕੋਈ ਅੱਖ ਖੁੱਲੀ ਨਾ ਰਹੇ।
ਸਭ ਦੁਆ ਕਰਾਂਗੇ, ਅੱਜ ਇਸ ਦੇਸ਼ ਲਈ ਸਭ ਦੁਆ ਕਰਾਂਗੇ। ਬਾਕੀ ਦਾ ਸਮਾਂ ਸਾਡੇ ਪਾਸ ਯੂਨਿਵਰਸਿਟੀ ਦੇ ਹੱਥ ਵਿੱਚ ਆ ਪ੍ਰੋਗਰਾਮ।